ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ ਅਜ ਦਾਸ ਤਾੰਤ੍ਰਿਕ ਵਿੱਦਿਆ ਦੁਆਰਾ ਵਸ਼ੀਕਰਨ ਜਿਹੜਾ ਨਾ ਇਹ ਕਿਵੇਂ ਕਰਦੇ ਹੈ ਇਹ ਜਿਹੜੇ ਸਿਆਣੇ ਜਿਨ੍ਹਾਂ ਨੂੰ ਅਸੀਂ ਅਖੌਰੀ ਆਖ ਦਿੰਦੇ ਆਂ ਸਧਾਰਨ ਤੌਰ ਦੇ ਉੱਤੇ ਉਸ ਦੇ ਉੱਪਰ ਆਪਣੀ ਇੱਕ ਤਿੱਲ ਮਾਤਰਾ ਜਿਹੜੀ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ ਕਿਉਂਕਿ ਜਿਹੜੇ ਹਨ ਗੁਰਸਿੱਖ ਹੁੰਦੇ ਸਰਵੱਗ ਹੁੰਦੇ ਹੈ ਸਰਵਗਤ ਦਾ ਭਾਵ ਇਹ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਦਿਵਾਲੇ ਜੋ ਵੀ ਜਣੀ ਜੋ ਹਰਕਤਾਂ ਹੋ ਰਹੀਆਂ ਹਨ ਜਾਂ ਜੋ ਕਿਰਿਆ ਹੋ ਰਹੀ ਹੈਗੀ ਆ ਉਸ ਦੇ ਉੱਤੋਂ ਗੁਰਸਿੱਖ ਜਿਹੜੇ ਹਨ ਭਲੀ ਭਾ ਤੇ ਜਾਣੀ ਹੁੰਦੇ ਹੁੰਦੇ ਆ ਸੋ ਇਸ ਦੇ ਵਿੱਚ ਅਗਰ ਅਸੀਂ ਤੰਤਰਿਕ ਵਿੱਦਿਆ ਦੇ ਵਿੱਚ ਥੋੜਾ ਦੇਖ ਲੈਨੇ ਆ ਕਿ ਅਗਰ ਤੰਤਰਿਕ ਵਿੱਦਿਆ ਦਾ ਜਿਹੜਾ ਹਨ ਅਗਰ ਮਹਾਨ ਜੋਗੀ ਜਿਹੜਾ ਹੈ ਐਸੀਆਂ ਨੂੰ ਗਿਣਦੇ ਆ ਉਹ ਹੈ ਕੇਵਲ ਤੇ ਕੇਵਲ ਸ਼ਿਵ ਭਗਵਾਨ ਕਿਉਂਕਿ ਗਰਵਾਨੀ ਜੀ ਨੇ ਹਨਾ ਸਾਨੂੰ ਇਸ ਦੇ ਵਿੱਚ ਬੜੇ ਭਾਰੇ ਸਾਨੂੰ ਖਲਾਸੇ ਕਰਕੇ ਦੱਸਿਆ ਕਿ ਜਿਹੜੇ ਸ਼ਿਵ ਜੀ ਹੈਗੇ ਆ ਇਹ ਖਾਸ ਕਰਕੇ ਇਹਨਾਂ ਦਾ ਪਹਿਰਾਵਾ ਜਿਹੜਾ ਹਨਾ ਉਹ ਇਸ ਢੰਗ ਦਾ ਹੈਗਾ ਕਿ ਉਹਨਾਂ ਦੇ ਕੋਲ ਇਹ ਤੰਤਰਿਕ ਵਿਦਿਆ ਦਾ ਜਿਹੜਾ ਹਨਾ ਉਹ ਭੰਡਾਰ ਜ਼ਿਆਦਾ ਹੈ ਸੋ ਇਸ ਕਰਕੇ ਜਿਹੜੀ ਤੰਤਰਿਕ ਵਿਦਿਆ ਹੈ ਇਹ ਹੈ ਤਤਮੋ ਗੁਣੀ ਆ ਪਰ ਇਹ ਦੋ ਤਰ੍ਹਾਂ ਦੀ ਮੰਨੀ ਜਾਂਦੀ ਇੱਕ ਸਫੇਦ ਹੁੰਦੀ ਹੈ ਦੂਸਰੀ ਕਾਲੀ ਆ ਜਿਹੜੀ ਸਫੇਦ ਤੰਤਰਿਕ ਵਿਦਿਆ ਹੁੰਦੀ ਹੈ ਉਹ ਆਮ ਕਰਕੇ ਅਸੀਂ ਹਨਾ ਭਲਾਈ ਵਾਸਤੇ ਵਰਤ ਸਕਦੇ ਹਾਂ ਜਾਂ ਕਈ ਵਰਤ ਵੀ ਲੈਂਦੇ ਹੈਗੇ ਤੇ ਦੂਸਰੀ ਉਹ ਹੁੰਦੀ ਹੈ ਜਿਹੜੀ ਅਸੀਂ ਹਨਾ ਕਾਲੀ ਵਿਦਿਆ ਆਖਦੇ ਆਂ ਭਾਵ ਉਹ ਕੀ ਜਿਹੜਾ ਕਾਲਾ ਜਾਦੂ ਦਾ ਇਲਮ ਹੁੰਦਾ ਹੈਗਾ ਇਹ ਜਿਹੜੀ ਵਿਦਿਆ ਹੁੰਦੀ ਹੈਗੀ ਇਹ ਕਿਸੇ ਦੇ ਨੁਕਸਾਨ ਵਾਸਤੇ ਜਾਂ ਆਪਣੀ ਕਾਰਜ ਦੀ ਪੂਰਤੀ ਵਾਸਤੇ ਜਾਂ ਕਿਸੇ ਲੋਭ ਦੇ ਵਾਸਤੇ ਜਿਹੜੇ ਹੈ ਇਹ ਤੰਤਰਿਕ ਇਸ ਦਾ ਇਸਤੇਮਾਲ ਕਰਦੇ ਆਂ ਸੋ ਕਹਿੰਤopub ਇਹ ਹੈਗਾ ਕਿ ਇਸ ਬ੍ਰਹਮੰਡ ਦੇ ਅੰਦਰ ਹਨਾ ਬੜਾ ਕੁਝ ਪਾਇਆ ਜਾਂਦਾ ਹੈ। ਸੋ ਗੁਰਸਿੱਖ ਜਿਹੜੇ ਹੈ ਉਹਨਾਂ ਨੂੰ ਸਹਿਜ ਸੁਭਾਅ ਜਿਹੜੀ ਹੈ ਨਾ ਹਰੇਕ ਚੀਜ਼ ਦੀ ਜਾਣਕਾਰੀ ਹੋ ਜਾਂਦੀ ਆ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਸ ਸਰਚੀਵ ਦਾ ਜਿਹੜਾ ਹੈ ਨਾ ਗਿਆਤਾ ਜਿਹੜਾ ਹੈਗਾ ਉਹ ਬਣਾਤਾ ਗੁਰਸਿੱਖ ਨੂੰ ਕਿ ਸੁਣਐ ਇਸਰ ਬ੍ਰਹਮਾ ਇਹੰਦ। ਕਿ ਨਾਮ ਸੁਣ ਦੇ ਨਾਲ ਇਹਨਾਂ ਸਾਰੀਆਂ ਵਿਦਿਆਵਾਂ ਦੇ ਜਿਹੜੇ ਮਹਾ ਪੰਡਿਤ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਇਨਾ ਬਾਰੇ ਅਗਰ ਜਾਣਕਾਰੀ ਹੋ ਜਾਂਦੀ ਆ ਤੇ ਫਿਰ ਇਹਨਾਂ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਵਿਦਿਆ ਹੈਗੀਆਂ ਉਹਨਾਂ ਦੀ ਜਾਣਕਾਰੀ ਵੀ ਹੋ ਜਾਂਦੀ ਆ ਸੋ ਇਹ ਜਿਹੜੀ ਹੈ ਨਾ ਤੰਤਰਿਕ ਵਿਦਿਆ ਹੈ ਇੱਕ ਸਾਧਨਾ ਕਠਨ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਇਹਦੇ ਵਾਸਤੇ ਬੜੇ ਦ੍ਰਿੜ ਇਰਾਦੇ ਵਾਲਾ ਜਿਹੜਾ ਹੈ ਨਾ ਵਿਅਕਤੀ ਹੈ ਉਹ ਬਿਲਕੁਲ ਸੱਲ ਤਰੀਕੇ ਦੇ ਨਾਲ ਇਹਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈਗਾ ਕਿਉਂ ਅਗਰ ਦ੍ਰਿੜ ਇਰਾਦਾ ਹੈਗਾ ਇਹਦੇ ਵਿੱਚ ਤੇ ਦ੍ਰਿੜ ਹੌਸਲਾ ਵੀ ਆ ਤਾਂ ਫਿਰ ਇਹ ਤਾਤ੍ਰਿਕ ਵਿੱਦਿਆ ਉਹ ਇਨਸਾਨ ਜਿਹੜੇ ਹਨ ਆਸਾਨੀ ਦੇ ਨਾਲ ਸਿੱਖ ਜਾਂਦੇ ਆ ਜੇ ਮੈਂ ਦੱਸ ਦੇ ਇੱਕ ਸੱਜਣ ਕਾਫੀ ਕਰੀਬ ਰਹੇ ਆ ਉਹਨਾਂ ਨੇ ਆਪਣੇ ਜੀਵਨ ਦੇ ਬਚਾਨਾ ਕੁਝ ਤਾਤ੍ਰਿਕ ਸਾਧਨਾ ਜਿਹੜੀਆਂ ਸਿੱਖੀਆਂ ਸੀ ਪਰ ਜਿਹਦੇ ਵਿੱਚ ਉਹ ਦੱਸਦੇ ਹੁੰਦੇ ਸੀਗੇ ਕਿ ਇਹਨਾਂ ਨੂੰ ਸਿੱਖਣ ਦੇ ਵਾਸਤੇ ਮੈਨੂੰ ਕਿਸੇ ਗੁਰੂ ਦਾ ਕਿਸੇ ਉਸਤਾਦ ਨੂੰ ਧਾਰਨ ਕਰਨਾ ਪਿਆ ਜਿਹੜਾ ਇਹਨਾਂ ਤਾਤ੍ਰਿਕ ਵਿੱਦਿਆ ਦਾ ਜਾਣੂ ਸੀਗਾ ਤੇ ਇਹ ਜਿਹੜੀ ਹੈ ਨਾ ਤਾਤ੍ਰਿਕ ਵਿੱਦਿਆ ਹੈਗੀ ਇਹ ਮਸਾਣਾ ਦੇ ਵਿੱਚ ਕੀਤੀ ਜਾਂਦੀ ਹੈ ਤੇ ਉਹਦੇ ਵਿੱਚੋਂ ਕਹਿੰਦੇ ਅਸੀਂ ਦਿਨ ਨਿਯਤ ਕਰ ਲੈਂਦੇ ਸੀਗੇ ਕਿ 21 ਦਿਨ ਦੀ ਤਾਤਰਕ ਵਿਦਿਆ ਕਰਨੀ ਹੈਗੀ ਆ ਇਸ ਮੰਤਰ ਦਾ ਜਾਪ 40 ਦਿਨ ਦਾ ਕਰਨਾ ਹੈਗਾ ਇਸ ਮੰਤਰ ਦਾ ਜਾਪ ਮਹੀਨੇ ਜਾਂ 2 ਮਹੀਨੇ ਵਾਸਤੇ ਕਰਨਾ ਹੈਗਾ ਇਸ ਕਰਕੇ ਵੱਖ-ਵੱਖ ਮੰਤਰਾਂ ਦੀਆਂ ਜਿਹੜੀਆਂ ਨੇ ਵੱਖ-ਵੱਖ ਵਿਧੀਆਂ ਇਸ ਤੰਤਰਕ ਦੀ ਜਿਹੜੀ ਦੁਨੀਆ ਦੇ ਵਿੱਚ ਜਿਹੜੀਆਂ ਉਹ ਆਮ ਪਾਈਆਂ ਜਾਂਦੀਆਂ ਹੈ। ਸੋ ਕਹਿਣ ਤੋਂ ਪਾਵੇਗਾ ਕਿ ਜਿਸ ਦਿਨ ਤੰਤਰਕ ਵਿਦਿਆ ਸ਼ੁਰੂ ਕੀਤੀ ਜਾਂਦੀ ਹੈਗੀ ਆ ਮਸਾਣ ਦੇ ਵਿੱਚ ਇਹ ਅਧੀ ਰਾਤ ਨੂੰ ਸ਼ੁਰੂ ਕੀਤੀ ਜਾਂਦੀ ਆ। ਤੇ ਅੱਧੀ ਰਾਤ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਇਹ ਸਾਧਨਾ ਜਿਹੜੀ ਨਿਰੰਤਰ ਕੀਤੀ ਜਾਂਦੀ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਉਸਤਾਦ ਵਾ ਤੇ ਉਸਤਾਦ ਦੇ ਨਾਲ ਸਿੱਖਣ ਵਾਲਾ ਉਹਦਾ ਜਿਹੜਾ ਚੇਲਾ ਹੈਗਾ। ਦੋਨੇ ਜਿਹੜੇ ਹੈ ਉਹ ਅਲੱਗ-ਅਲੱਗ ਆਪਣੀ ਕਾਰ ਕੱਢ ਕੇ ਬੈਠ ਜਾਂਦੇ ਆ ਤੇ ਉਹਨਾਂ ਕਾਰਾਂ ਦੇ ਵਿੱਚ ਇੱਕ ਦੀਵਾ ਜਗਾਇਆ ਜਾਂਦਾ ਹੈ। ਤੇ ਦੀਵੇ ਦੇ ਨਾਲ ਫਿਰ ਮੰਤਰਾਂ ਦਾ ਆਚਾਰਨ ਜਿਹੜਾ ਹੈਗਾ ਉਹ ਮਸਾਨ ਘਾਰਟ ਦੇ ਵਿੱਚ ਕੀਤਾ ਜਾਂਦਾ ਹੈ। ਜਦੋਂ ਮਸਾਨ ਘੜ ਦੇ ਵਿੱਚ ਆਚਰਨ ਕੀਤਾ ਜਾਂਦਾ ਹੈ ਇਹ ਜਾਪ ਜਿਹੜਾ ਹਨਾ ਇਸ ਘਟੋ ਘਟ ਜਿਹੜਾ ਹੈਗਾ ਇਹ 4 ਘੰਟੇ ਨਿਰੰਤਰ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਜਿਹੜੇ ਉਸਤਾਦ ਹੈਗੇ ਆਪਣੇ ਗੁਰੂ ਨੂੰ ਜਿੰਨੇ ਦਿਨ ਦਾ ਇਹਦਾ ਜਾਪ ਕਰਨਾ ਹੋਵੇ ਉਹਨੇ ਦਿਨ ਨਾਲ ਜਾ ਕੇ ਸਾਧਨਾ ਕਰਾਉਂਦੇ ਆ ਉਸ ਤੋਂ ਬਾਅਦ ਜਦ ਫਿਰ ਆਖਰੀ ਦਿਨ ਹੁੰਦਾ ਹੈਗਾ ਜਿਸ ਦਿਨ ਇਸ ਤੰਤਰਿਕ ਵਿੱਦਿਆ ਦਾ ਫਲ ਮਿਲਣਾ ਹੁੰਦਾ ਉਸ ਦਿਨ ਜਿਹੜਾ ਜਗਿਆਸੂ ਆਹਨੂੰ ਉਸ ਨੂੰ ਇਕੱਲੇ ਨੂੰ ਇਹਦੇ ਵਿੱਚ ਜਾਣਾ ਪੈਂਦਾ ਹੈਗਾ ਇਹ ਸਾਧਨਾ ਦੇ ਵਿੱਚ ਜਦੋਂ ਇਹ ਇਕੱਲੇ ਵਿੱਚ ਜਾਣਾ ਪੈਂਦਾ ਹੈ ਜਿਹਾ यूं ਕਹਿੰਦੇ ਇਹ ਉਹਦਾ ਇਮਤਿਹਾਨ ਹੁੰਦਾ ਹੈਗਾ ਜਿਵੇਂ 10 ਦੇ ਸੱਜਣ ਜਿਹੜੇ ਸੀ ਉਹ ਦੱਸਦੇ ਸੀਗੇ ਕਿ ਉਹਨਾਂ ਨੇ ਇੱਕ ਵਾਰ ਜਿਹੜਾ ਸੀਗਾ ਉਹ 21 ਦਿਨ ਦੀ ਇਹ ਜਿਹੜੀ ਤਾੰਤ੍ਰਿਕ ਵਿੱਦਿਆ ਦੀ ਜਿਹੜੀ ਇਹ ਇਹ ਸਾਧਨਾ ਕੀਤੀ ਸੀਗੀ ਇਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ 20 ਦਿਨ ਮੇਰੇ ਉਸਤਾਦ ਮੇਰੇ ਨਾਲ ਜਾਂਦੇ ਰਹੇ ਆ ਪਰ ਜਦ 21ਵਾਂ ਦਿਨ ਹੋਇਆ ਤਾਂ ਮੇਰੇ ਉਸਤਾਦ ਨੇ ਕਿਹਾ ਸੀਗਾ ਕਿ ਤੂੰ ਇਸ ਤਰ੍ਹਾਂ ਕਰੀ ਅੱਜ ਜਾਣ ਲਗਾ ਇੱਕ ਮੁਰਗਾ ਲੈ ਕੇ ਜਾਈ ਤੇ ਇੱਕ ਸ਼ਰਾਬ ਦੀ ਬੋਤਲ ਲੈ ਕੇ ਜਾਈ ਕਿਉਂਕਿ ਜਿਹੜੀ ਤਾੰਤਰਿਕ ਵਿੱਦਿਆ ਸਿੱਧ ਕਰਨ ਵਾਸਤੇ ਹੈ ਨਾ ਇਹ ਜਿਹੜੀ ਖਰਾਕ ਹੈਗੀ ਆ ਇਹ ਉਹਨਾਂ ਆਤਮਾਾਂਵਾਂ ਦੀ ਜਾਂ ਉਹਨਾਂ ਪ੍ਰੇਤ ਆਤਮਾਾਂਵਾਂ ਦੀ ਹੈਗੀ ਆ ਜਿਹੜੀਆਂ ਇਹਨਾਂ ਦੇ ਵਿਸ਼ਟਾ ਦੇ ਜਿਹੜੇ ਖਾਣੇ ਹੁੰਦੇ ਜਾਂ ਜੋ ਰਾਖਸ਼ ਖਾਣਾ ਹੁੰਦਾ ਹੈ ਨਾ ਉਹਦੇ ਵਿੱਚ ਇਹ ਤਾੰਤਰਿਕ ਵਿੱਦਿਆ ਹੁੰਦੀਆਂ ਜਿਹੜੀਆਂ ਰੂਹਾਂ ਹੁੰਦੀਆਂ ਹੈ ਨਾ ਤਾੰਤਰਿਕ ਉਹਨਾਂ ਨੂੰ ਇੱਕ ਖਿੱਚਣ ਦਾ ਵਸੀਲਾ ਜਾਂ ਸਾਧਨ ਬਣਾਉਂਦੇ ਆ ਕਹਿੰਦੇ ਫੇ ਉਸ ਦਿਨ ਮੈਂ ਇੱਕ ਸ਼ਰਾਬ ਦੀ ਬੋਤਲ ਵੀ ਲੈ ਕੇ ਗਿਆ ਤੇ ਇੱਕ ਮੈਂ ਮੀਟ ਵੀ ਲੈ ਕੇ ਗਿਆ ਕਿੰਡੇ ਜਦੋਂ ਮੈਂ ਲੈ ਕੇ ਗਿਆ ਮੈਂ ਬੈਠ ਕੇ ਆਪਣੀ ਕਾਰ ਕੱਢੀ ਇਕੱਲੇ ਨੇ ਤੇ ਉਹਦੇ ਵਿੱਚ ਮੰਤਰ ਪੜ੍ਹਨੇ ਸ਼ੁਰੂ ਕੀਤੇ ਤੇ ਦੀਵਾ ਕਿੰਡੇ ਅਸੀਂ ਜਗਾ ਲਿਆ ਜਿਵੇਂ ਪਹਿਲਾਂ ਵੀ ਜਗਾਉਂਦੇ ਸੀਗੇ ਇਸ ਤਰ੍ਹਾਂ ਕਿੰਡੇ ਜਦ ਮੰਤਰਾਂ ਦਾ ਜਾਪ ਕਰਦੇ 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 ਆਖਰੀ ਦਿਨ ਸੀਗਾ ਕੀ ਦੇਖਿਆ ਕਿ ਇੱਕ ਹਵਾ ਦਾ ਜਿਹੜੇ ਹਨ ਝੌਕੇ ਆਏ ਉਹਦੇ ਵਿੱਚ ਸਾਨੂੰ ਸੰਕੇਤ ਮਿਲਣੇ ਸ਼ੁਰੂ ਹੋ ਗਏ ਕਿ ਇਸ ਜਿਸ ਚੀਜ਼ ਦਾ ਜਿਹੜਾ ਹਨ ਉਹ ਇਹ ਸਤੰਤਰਿਕ ਵਿੱਦਿਆ ਦੇ ਬਲ ਦੇ ਨਾਲ ਬੁਸ਼ੀਕਰਨ ਕੀਤਾ ਜਾਂਦਾ ਹੈ ਤੇ ਉਹ ਦਾ ਅੱਜ ਜਿਹੜਾ ਹੈਗਾ ਇਸ ਸਮੇਂ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ ਕਿੰਨੇ ਬਿਲਕੁਲ ਉਸੇ ਤਰ੍ਹਾਂ ਹੋਇਆ ਇੱਕ ਦਾੰਤ ਜਿਹਨੂੰ ਅਸੀਂ ਜਿੰਨ ਆਖ ਦਿੰਦੇ ਆ ਇੱਕ ਉਹ ਤੇ ਇੱਕ ਉਹ ਦੀ ਜਿਹੜੀ ਸੀ ਜਿੰਨਣੀ ਘਰ ਵਾਲੀ ਤੇ ਇੱਕ ਜਿਹੜਾ ਲੜਕਾ ਸੀਗਾ ਇਹਦੇ ਤਿੰਨ ਜਾਣੇ ਇੱਕ ਘੋੜੇ ਤੇ ਆਏ ਕਿੰਨੇ ਜਦ ਘੋੜੇ ਤੇ ਆਏ ਤੇ ਇਹਨਾਂ ਨੇ ਮੇਰੇ ਦੁਆਲੇ ਚੱਕਰ ਜਿਹੜੇ ਲਾਉਣੇ ਸ਼ੁਰੂ ਕਰ ਦਿੱਤੇ ਯਾਰ ਚੱਕਰ ਲੋਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਕਹਿੰਦੇ ਉਹ ਜਿਹੜੀ ਘਰ ਵਾਲੀ ਸੀ ਉਸ ਜਿੰਨ ਦੀ ਜਿੰਨਣੀ ਰਕਸ਼ਣੀ ਕਹਿੰਦੇ ਉੰਨੇ ਉਸ ਜਿੰਨ ਨੂੰ ਆਖਿਆ ਕਿ ਮੈਨੂੰ ਭੁੱਖ ਲੱਗੀ ਆ ਉਹਨੇ ਕਿਹਾ ਵੀ ਉਹ ਦੇਖੋ ਤਾਂ ਉਹ ਜਿਹੜਾ ਆਦਮੀ ਬੈਠਾ ਹੈਗਾ ਉਹ ਸਾਡੇ ਵਾਸਤੇ ਇਹ ਮੀਟ ਵੀ ਲੈ ਕੇ ਬੈਠਾ ਹੈ ਤੇ ਸ਼ਰਾਬ ਵੀ ਲੈ ਕੇ ਬੈਠਾ ਹੈ ਕਹਿੰਦੇ ਉਸਨੇ ਮੇਰੇ ਸਾਹਮਣੇ ਉਸ ਸ਼ਰਾਬ ਦੀ ਬੋਤਲ ਵੀ ਚੱਕੀ ਤੇ ਮੁਆਸ ਵੀ ਚੱਕਿਆ ਦੋਨਾਂ ਨੇ ਕਹਿੰਦੇ ਬਣਾ ਕੇ ਖਾ ਲਿਆ ਉਸ ਤੋਂ ਬਾਅਦ ਫਿਰ ਕਹਿੰਦੇ ਉਹਨਾਂ ਨੇ ਮੇਰੇ ਦਿਵਾਲੇ ਹਨਾ ਘੋੜੇ ਦੇ ਚੱਕਰ ਲਾਏ ਫਿਰ ਉਹ ਜਨਣੀ ਬੋਲੀ ਆ ਕਿ ਮੈਨੂੰ ਫਿਰ ਭੁੱਖ ਲੱਗ ਗਈ ਆ ਫਿਰ ਕਹਿੰਦੇ ਉਹਨਾਂ ਨੇ ਹਨਾ ਮੇਰੇ ਸਾਹਮਣੇ ਆਪਣਾ ਜਿਹੜਾ ਘੋੜਾ ਸੀਗਾ ਉਹ ਵੱਢ ਕੇ ਉਹ ਖਾ ਲਿਆ ਰਨ ਕੇ ਕਹਿੰਦੇ ਮੈਂ ਤੰਤਰ ਵਿੱਦਿਆ ਪੜੀਗੀ ਵੀ ਗਿਆ ਤੇ ਇਹ ਉਹਨਾਂ ਦੇ ਜਿਹੜੇ ਖੇਡ ਤਮਾਸ਼ੇ ਸੀ ਵੀ ਇਹ ਵੀ ਦੇਖਦਾ ਗਿਆ ਕਿਉਂਕਿ ਮੈਨੂੰ ਮੇਰੇ ਉਸਤਾਦ ਨੇ ਪਹਿਲਾਂ ਪੱਕਾ ਕੀਤਾ ਸੀਗਾ ਕਿ ਅੱਜ ਦਾ ਦਿਨ ਤੇਰੇ ਨਾਲ ਇਸ ਤਰ੍ਹਾਂ ਹੋਊਗੀ ਇਸ ਕਰਕੇ ਤਾਂ ਕਿਸੇ ਤਰ੍ਹਾਂ ਘਬਰ ਹੋਣਾ ਨਹੀਂ ਆ ਕਹਿੰਦੇ ਉਸ ਤੋਂ ਬਾਅਦ ਜਦ ਘੋੜਾ ਖਾਧਾ ਗਿਆ ਫਿਰ ਕਹਿੰਦੇ ਉਹਨਾਂ ਨੇ ਮੇਰੇ ਦੁਆਲੇ ਚੱਕਰ ਕੱਢੇ ਫਿਰ ਉਹ ਜਿੰਨੇ ਨੇ ਕਹਿੰਦੀ ਕਿ ਮੈਨੂੰ ਹੁਣ ਭੁੱਖ ਲੱਗੀ ਆ ਫਿਰ ਕਹਿੰਦੇ ਜਿਹੜਾ ਉਹਨਾਂ ਦਾ ਲੜਕਾ ਸੀ ਉਹ ਕਹਿਣ ਲੱਗਾ ਜਿੰਨੇ ਵੀ ਹੋਰ ਤਾਂ ਕੋਈ ਨਹੀਂ ਆਪਾਂ ਲੜਕੇ ਨੂੰ ਜਿਹੜਾ ਹੈਗਾ ਇਹ ਵੱਢ ਕੇ ਖਾ ਲੈਨੇ ਕਹਿੰਦੇ ਉਹਨਾਂ ਨੇ ਫਿਰ ਆਪਣਾ ਜਿਹੜਾ ਲੜਕਾ ਸੀਗਾ ਉਹ ਵੀ ਵੱਢ ਕੇ ਮੇਰੇ ਸਾਹਮਣੇ ਖਾ ਲਿਆ ਉਸ ਤੋਂ ਬਾਅਦ ਫਿਰ ਕਹਿੰਦੇ ਫਿਰ ਉਹਨੇ ਚੱਕਰ ਸ਼ੁਰੂ ਕੀਤੇ ਫਿਰ ਉਹਨੇ ਕਹਾ ਕਿ ਮੈਨੂੰ ਭੁੱਖ ਲੱਗੀ ਆ ਜਦ ਕਹਿੰਦੇ ਤਿੰਨ ਸੀਨ ਮੈਨੂੰ ਦਿਖਾ ਲਿਆ ਆ ਪਹਿਲਾਂ ਉਹਨੇ ਮੇਰਾ ਮਾਸ ਜਿੱਤੇ ਸ਼ਰਾਬ ਦੀ ਬੋਤਲ ਜਿਹੜੀ ਸੀਗੀ ਉਹ ਵੀ ਖਾਦੀ ਉਹ ਵੀ ਪੀਤੀ ਫਿਰ ਘੋੜਾ ਵੀ ਵੱਢ ਕੇ ਖਾਦਾ ਫਿਰ ਆਪਣਾ ਲੜਕਾ ਵੀ ਵੱਢ ਕੇ ਖਾਦਾ ਸੀਗਾ ਫਿਰ ਕਹਿੰਦੇ ਜਦ ਚੌਥਾ ਟਾਈਮ ਉਹਨੇ ਕਿਹਾ ਮੈਨੂੰ ਭੁੱਖ ਲੱਗੀ ਆ ਤੇ ਫਿਰ ਉਹ ਜਿੰਨ ਬੋਲਾ ਗਿਆ ਆ ਦਿੱਤਾ ਆ ਜੋ ਆਦਮੀ ਬੈਠਾ ਹੈਗਾ ਇੱਕ ਆਦੇ ਬਸਤੇ ਬੈਠਾ ਇਹਨੂੰ ਖਾ ਲਈਏ ਜੋ ਹੀ ਕਹਿੰਦੇ ਉਹ ਮੈਨੂੰ ਮਾਰਨ ਵਾਸਤੇ ਆਪਣੇ ਹਥਿਆਰ ਚੱਕ ਕੇ ਮੋਹਰੇਕਾਰ ਸੀਗੀ ਬਸ ਉਹ ਕਾਰ ਦਾ ਕਾਹਦਾ ਸੀਗਾ ਕਹਿੰਦੇ ਉਹ ਰੋਕ ਐਸੀ ਸੀ ਕਿ ਉਹ ਜਿਹੜੇ ਸੀਗੇ ਉਹ ਤਾਕਤਾਂ ਜਿਹੜੀਆਂ ਸੀਗੀਆਂ ਉਹ ਉਥੋਂ ਅਦ੍ਰਿਸ਼ ਹੋ ਗਈਆਂ ਤੇ ਜਦ ਮੈਂ ਦੇਖਿਆ ਤੇ ਉਹ ਸ਼ਰਾਬ ਦੀ ਬੋਤਲ ਵੀ ਭਰੀ ਪਈ ਸੀ ਉਹ ਮਾਸ ਵੀ ਜਿਉਂਦੇ ਤੇ ਉਹੀ ਪਿਆ ਸੀਗਾ ਤੇ ਬਸ ਜਾਨ ਨੂੰ ਕਹਿੰਦੇ 4 ਵਜੇ ਗਿਆ ਸੀ ਤੇ ਮੇਰੀ ਸਾਧਨਾ ਜਿਹੜੀ ਸੀ 21 ਦਿਨ ਦੀ ਪੂਰੀ ਹੋਈ ਤੇ ਇਹ ਚੀਜ਼ਾਂ ਮੇਰੇ ਵੱਸ ਹੋ ਗਈਆਂ ਸੋ ਕਹਿਣ ਤੋਂ ਪਾਵੇ ਹੈਗਾ ਕਿ ਇਹ ਜਿਹੜੇ ਤੰਤਰਕ ਹੁੰਦੇ ਆ ਇਹਨਾਂ ਨੂੰ ਇਸ ਤਰ੍ਹਾਂ ਜਿਹੜੀਆਂ ਇਹ ਪ੍ਰੇਤ ਆਤਮਾ ਹੁੰਦੀਆਂ ਇਹਨਾਂ ਨੂੰ ਹਨ ਆਪਣੇ ਬਸ ਕਰਨ ਦੇ ਤਰੀਕੇ ਜਿਹੜੇ ਆ ਸਿੱਖਦੇ ਆ ਜਿਹੋ ਦੀ ਚੀਜ਼ਾਂ ਬਸ ਹੋ ਜਾਂਦੀਆਂ ਇਹਨਾਂ ਦੇ ਅਧੀਨ ਹੋ ਜਾਂਦੀਆਂ ਫਿਰ ਇਹ ਆਪਣੀ ਮਰਜ਼ੀ ਦੇ ਨਾਲ ਇਹਨਾਂ ਤੋਂ ਕੰਮ ਕਰਾਉਂਦੇ ਆ ਅਗਰ ਇਹ ਚੰਗੇ ਕੰਮ ਕਰਨ ਤੇ ਇਹ ਜਿਹੜੀ ਹੈ ਨਾ ਵਿੱਦਿਆ ਹੈਗੀ ਇਹਨੂੰ ਅਸੀਂ ਹਨ ਚਿੱਟੀ ਵਿੱਦਿਆ ਕਹਿੰਦੇ ਬਾਈਟ ਸਫੇਦ ਯਾਨੀ ਭਾਰਦਰਸ਼ੀ ਭਲੇ ਵਾਸਤੇ ਅਗਰ ਇਹ ਕਿਸੇ ਬੁਰਾਈ ਵਾਸਤੇ ਕੀਤੀ ਜਾਵੇ ਤੇ ਇਹਨੂੰ ਅਸੀਂ ਕਾਲਾ ਜਾਦੂ ਜਾਂ ਕਾਲਾ ਇਲਮ ਜਾਂ ਕਾਲੀ ਵਿਦਿਆ ਵੀ ਆਖ ਦਿੰਦੇ ਆ ਸੋ ਇਹ ਉਸ ਸਾਧਕ ਜਾਂ ਤਾੰਤਰਿਕ ਦੇ ਉੱਤੇ ਜਿਹੜੀ ਹਨ ਨਾ ਨਿਰਪਰ ਕਰਦੀ ਹੈ ਜਿਨੇ ਇਹ ਵਿਦਿਆ ਜਿਹੜੀ ਹੈ ਇਹ ਹਾਸਲ ਕੀਤੀ ਹੁੰਦੀ ਹੈ ਤੇ ਇਹਨਾਂ ਵਿਦਿਆਾਂ ਦੇ ਜਿਹੜੇ ਹਨ ਨਾ ਤੋੜ ਵੀ ਹੁੰਦੇ ਆ ਜਿਵੇਂ ਇੱਕ ਜਿਹੜੇ ਸੱਜਣ ਸਿਓ ਦੱਸਦੇ ਸੀਗੇ ਕਿ ਉਹਨਾਂ ਦੇ ਨਗਰ ਦੇ ਵਿੱਚ ਇੱਕ ਵਾਰੀ ਕੁਛ ਜਿਹੜੀ ਹਨਾ ਔਰਤਾਂ ਦੀ ਹੱਤਿਆ ਹੋ ਜਾਂਦੀ ਸੀ ਔਰਤਾਂ ਕੀ ਕਰਦੀਆਂ ਸਿਕਾਂ ਕਿ ਕਿਸੇ ਦਰਖਤ ਦੇ ਉੱਤੇ ਚੜ ਕੇ ਤਾਂ ਇੱਕ ਤਲਾਬ ਦੇ ਵਿੱਚ ਛਾਲ ਮਾਰ ਕੇ ਆਪਣੀ ਆਤਮ ਹੱਤਿਆ ਕਰ ਲੈਂਦੀਆਂ ਸੀ ਪਰ ਇਹਦਾ ਜਿਹੜਾ ਹੈ ਨਾ ਭੇਦ ਹੈਗਾ ਪਤਾ ਨਹੀਂ ਸੋ ਲੱਗਦਾ ਕਿ ਇਹ ਹੱਤਿਆ ਜਿਹੜੀ ਹੈ ਨਾ ਕੌਣ ਕਰਦਾ ਹੈਗਾ ਕਿਵੇਂ ਇਸ ਨਗਰ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਇਹਨਾਂ ਦੀ ਹੱਤਿਆ ਹੋ ਜਾਂਦੀ ਆ ਸੋ ਕਿੰਨੇ ਇੱਕ ਦਿਨ ਐਸਾ ਹੋਇਆ ਕਿ ਉਥੇ ਇੱਕ ਇਸ ਤਰ੍ਹਾਂ ਦਾ ਕਾਲੇ ਇਹ ਜਾਦੂ ਵਾਲਾ ਕਾਲੇ ਇਲਮ ਵਾਲਾ ਕੋਈ ਸ਼ਖਸ ਰਹਿੰਦਾ ਸੀਗਾ ਇਹ ਸਾਰਾ ਕਾਰਜ ਜਿਹੜਾ ਹੈ ਨਾ ਜੋ ਕੰਮ ਕਰਦਾ ਹੁੰਦਾ ਸੀ ਉਹ ਕਰਦਾ ਹੁੰਦਾ ਸੀ ਆਪਣੇ ਕਾਲੇ ਇਲਮ ਦੇ ਸਹਾਰੇ ਦੇ ਨਾਲ ਉਹ ਕੀ ਕਰਦਾ ਹੁੰਦਾ ਸੀਗਾ ਕਿ ਕਿਸੇ ਔਰਤ ਦਾ ਵਾਲ ਜਾਂ ਜਿਹੜਾ ਨੌ ਕੱਟੇ ਹੋਏ ਜਾਂ ਕਿਸੇ ਔਰਤ ਦੀ ਥੋੜੀ ਜੀ ਜੋ ਚਮੜੀ ਹੁੰਦੀ ਹੈਗੀ ਆ ਉਹ ਜਿਹੜੀ ਹੈਗੀ ਉਹ ਚੱਕ ਕੇ ਇੱਕ ਮਿੱਟੀ ਦਾ ਗੁੱਡਾ ਬਣਾ ਲੈਂਦਾ ਸੀਗਾ ਉਹਦੇ ਗੁੱਡੇ ਵਿੱਚ ਇਹ ਚੀਜ਼ਾਂ ਰੱਖ ਕੇ ਹਨਾ ਫਿਰ ਉਹਦੇ ਉੱਤੇ ਆਪਣੀ ਤੰਤਰਿਕ ਵਿੱਦਿਆ ਜਿਹੜੀ ਸੀ ਉਹ ਪੜਦਾ ਹੁੰਦਾ ਸੀਗਾ ਜਾਂ ਤੰਤਰਿਕ ਵਿੱਦਿਆ ਉਹ ਜਦ ਪੜਦਾ ਪੜਦਾ ਉਹਦਾ ਅਸਰ ਇਹ ਸਾ ਹੁੰਦਾ ਸੀਗਾ ਕਿ ਜਿਹਦੇ ਨੌ ਜਾਂ ਸਿਰ ਦੇ ਜਿਹੜੇ ਵਾਲ ਜਾਂ ਵੈਸੇ ਕੋਈ ਮਾਸ ਦਾ ਟੁਕੜਾ ਜਿਹੜਾ ਸੀਗਾ ਉਹ ਚੱਕ ਕੇ ਉੱਤੇ ਤੰਤਰਿਕ ਵਿੱਦਿਆ ਉਸ ਮਿੱਟੀ ਦੇ ਬਣੇ ਗੁੱਡੇ ਤੇ ਪੜਦਾ ਹੁੰਦਾ ਸੀਗਾ ਹਨ ਉਹ ਜਿਹੜੀ ਔਰਤ ਹੁੰਦੀ ਸੀ ਉਹ ਆਪਣੀ ਹੋਸ਼ ਜਿਹੜੀ ਸੀ ਉਹ ਘਰ ਬੈਠੇ ਭੁੱਲ ਜਾਂਦੀ ਸੀਗੀ ਤੋ ਆਪਣੇ ਜਿਹੜੇ ਹਨ ਵਸਤਰ ਹੈਗੇ ਆ ਉਹ ਬਿਲਕੁਲ ਉਤਾਰ ਕੇ ਜਾਂ ਨਗਨ ਵਸਤਾ ਹੋ ਕੇ ਹਨਾ ਜਿੱਧਰ ਉਹ ਤੰਤਰਕ ਹੁੰਦਾ ਸੀ ਉਧਰ ਨੂੰ ਚਲੀ ਜਾਂਦੀ ਸੀ ਇਹ ਕਿਰਿਆ ਜਿਹੜੀ ਹੁੰਦੀ तकरीबन ਰਾਤ ਦੇ 12 ਵਜੇ ਉਤੰਤਰਕ ਕਰਦਾ ਹੁੰਦਾ ਸੀ ਜਦੋਂ ਸਾਰੇ ਲੋਕੀ ਜਿਹੜੇ ਹਨ ਸੁੱਤੇ ਹੁੰਦੇ ਸੀ ਇਸ ਤਰ੍ਹਾਂ ਜਦ 10 12 ਜਿਹੜੀਆਂ ਸੀ ਜਿਵੇਂ ਇਸਤਰੀਆਂ ਜਿਹੜੀਆਂ ਸੀਗੀਆਂ ਉਹ ਇਸ ਦੀ ਲਪੇਟ ਦੇ ਵਿੱਚ ਆ ਗਈਆਂ ਫਿਰ ਇਸ ਤਰ੍ਹਾਂ ਇੱਕ ਜਿਹੜੀ ਲੜਕੀ ਸੀਗੀ ਜਦੋਂ ਉਹ ਉਸ ਤੰਤਰਕ ਵਿਦਿਆਦੇਸ਼ਕ ਦਾ ਸ਼ਕਾਰ ਬਣੀ ਆ ਉਹ ਦੱਸ ਦਿਆ ਜਿਵੇਂ ਉਹ ਜਾਂਦੀ ਸੀਗੀ ਰਸਤੇ ਦੇ ਵਿੱਚ ਇੱਕ ਸ਼ਿਵ ਮੰਦਰ ਪੈਂਦਾ ਸੀਗਾ ਉਸ ਸੇਵ ਮੰਦਿਰ ਦੇ ਵਿੱਚ ਉਸ ਲੜਕੀ ਦਾ ਜਿਹੜਾ ਸਪੈਰ ਸੀਗਾ ਉਹ ਜਲ ਨੂੰ ਲੱਗਾ ਜਦ ਨੂੰ ਜਲ ਨੂੰ ਲੱਗਾ ਤੇ ਉਹਦੀ ਜਿਹੜੀ ਹਨਾ ਜੋ ਤੰਤਰਿਕ ਵਿਦਿਆ ਅਸਰ ਸੀਗਾ ਉਹ ਉਹ ਸੇਟੇ ਮੇ ਜਿਹੜਾ ਸੀ ਉਤੋਂ ਉਤਰ ਗਿਆ ਤੇ ਉਹਨੇ ਜੱਕਦਬ ਆਪਣੀ ਚੇਤਨ ਸੱਤਾ ਚ ਆਈ ਤੇ ਜਦ ਉਹਨੇ ਆਪਣੇ ਆਪ ਨੂੰ ਜਿਹੜਾ ਸੀ ਬਿਲਕੁਲ ਅਲਪ ਦੇਖਿਆ ਉਹ ਹੱਕੀ ਬੱਕੀ ਰਹਿ ਗਈ ਕਿ ਮੈਂ ਇੱਥੇ ਕਿਵੇਂ ਪਹੁੰਚ ਗਈ ਇਸ ਵਸਤਾ ਦੇ ਵਿੱਚ ਫਿਰ ਉਹ ਤੁਹਾਨੂੰ ਨੱਠ ਕੇ ਉਹ ਘਰ ਆਇਆ ਘਰ ਆ ਕੇ ਉਹਨੇ ਜੀਕਾ ਮਾਰਿਆ ਤੇ ਘਰ ਦੇ ਨੂੰ ਜਿਹੜਾ ਸੀ ਇਹ ਸਾਰੀ ਗੱਲ ਦੱਸੀ ਤੇ ਘਰ ਦੇ ਵੀ ਬੜੇ ਹੈਰਾਨ ਹੋਏ ਫਿਰ ਉਹਨੇ ਕਿਹਾ ਕਿ ਇਹ ਜਿਹੜਾ ਹੈ ਨਾ ਸਰਕਾਰ ਆ ਹੈਗਾ ਜਿਹੜਾ ਪਹਿਲਾਂ ਔਰਤਾਂ ਜਿਹੜੀਆਂ ਸੀਗੀਆਂ ਇਹ ਦੇ ਵਿੱਚ ਹਤਿਆ ਕਰਦੀਆਂ ਸੀਗੀਆਂ ਇਹ ਕਿਸੇ ਤਾਤ੍ਰਿਕ ਵਿਦਿਆ ਦਾ ਸ਼ਿਕਾਰ ਹੋ ਜਾਂਦੀਆਂ ਸੀਗੀਆਂ ਸੋ ਉਹ ਜਿਹੜਾ ਤਾਤ੍ਰਿਕ ਹੈਗਾ ਨਾ ਜਿਹੜਾ ਇਹ ਕੰਮ ਕਰਦਾ ਹੁੰਦਾ ਸੀਗਾ ਉਹਦਾ ਪਤਾ ਨਹੀਂ ਸੋ ਲੱਗਦਾ ਕਿ ਕੌਣ ਹੈ ਫਿਰ ਦੱਸਦੇ ਆ ਕਿ ਉੱਥੇ ਹੀ ਇੱਕ ਹੋਰ ਤੰਤਰ ਜਿਹੜਾ ਸੇ ਉਹ ਰਹਿੰਦਾ ਹੁੰਦਾ ਸੀਗਾ ਸਾਧਕ ਜਿਹੜਾ ਇਸ ਵਿਦਿਆ ਦਾ ਜਾਣੂ ਸੀਗਾ ਫਿਰ ਉਹਦੇ ਨਾਲ ਗੱਲ ਕੀਤੀ ਗਈ ਉਹਨੇ ਕਿਹਾ ਕਿ ਅਗਰ ਇਹ ਹੋ ਜਿਹੜਾ ਹੈ ਨਾ ਕਾਲੇ ਜਾਦੂ ਵਾਲਾ ਤੰਤਰਕ ਹੈਗਾ ਜਿਹੜਾ ਆਪਣੀ ਇਸ ਵਿਦਿਆ ਦਾ ਗਲਤ ਇਸਤੇਮਾਲ ਕਰਦਾ ਅਗਰ ਉਹ ਇਸ ਇਲਾਕੇ ਦੇ ਆਸ-ਪਾਸ ਆ ਹਨ ਤਾਂ ਫਿਰ ਤਾਂ ਮੈਂ ਇਹਨੂੰ ਪਕੜ ਸਕਦਾ ਅਗਰ ਉਹ ਦੂਰ ਹੋਵੇ ਤਾਂ ਫਿਰ ਮੇਰੇ ਵਾਸਤੇ ਪકડਣਾ ਬੜਾ ਮੁਸ਼ਕਲ ਵਾ ਸੋ ਕਹਿਣ ਤੋਂ ਪਾਵੇਗਾ ਕਿ ਜਿਹੜੀ ਤੰਤਰਕ ਵਿਦਿਆ ਹਨ ਇਹਨਾਂ ਦੇ ਵੀ ਆਪੋ ਆਪਣੇ ਦਾਰੇ ਹੁੰਦੇ ਆ ਕਿ ਕੋਈ ਤੰਤਰਕ ਵਿਦਿਆ ਜਿਹੜੀ ਹੈਗੀ ਆ ਉਹ ਕਿੰਨੀ ਦੂਰੀ ਤੱਕ ਮਾਰ ਕਰ ਸਕਦੀ ਹੈ ਫਿਰ ਉਹਨੇ ਦੱਸਿਆ ਸਿਕਾ ਕਿ ਇਸ ਦਾਰੇ ਤੱਕ ਜਿਹੜੀ ਮੇਰੀ ਤੰਤਰਿਕ ਵਿਦਿਆ ਮਾਰ ਕਰਦੀ ਆ ਅਗਰ ਉਹ ਤੰਤਰਿਕ ਇੱਥੇ ਹੋਇਆ ਤਾਂ ਇੱਥੇ ਪਕੜ ਸਕਦੇ ਆ ਫਿਰ ਉਹ ਸਾਰੇ ਪਿੰਡ ਨੇ ਇਹ ਦੱਸਿਆ ਸਿਕਾ ਕਿ ਸਾਨੂੰ ਇਹ ਦੱਸੋ ਕਿ ਇਹ ਕਿਵੇਂ ਹੋ ਸਕਦਾ ਹੈ ਫਿਰ ਉਸਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਿੰਨੇ ਵੀ ਇਸ ਪਿੰਡ ਦੇ ਲੋਕ ਆ ਜਾਂ ਘਰਵਾਹ ਨਾ ਥੋੜੇ ਥੋੜੇ ਜਿਹੜੇ ਹੈ ਚਾਵ ਲੈ ਕੇ ਇੱਕ ਮੁਠੀ ਜਿਹੜੀ ਹੈਗੀ ਆ ਉਹ ਮੇਰੇ ਤੱਕ ਪਹੁੰਚਾਓ ਫੇ ਸਾਰੇ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਇੱਕ ਇੱਕ ਚਾਵਲ ਦੀ ਮੁਠੀ ਜਿਹੜੀ ਸੀ ਉਹ ਸੰਤੰਤਰਕ ਸਿਆਣੇ ਨੂੰ ਦਿੱਤੀ ਆ ਉਹਨੇ ਫਿਰ ਉਹ ਸੰਤ ਜਿਹੜੀ ਸੀ ਚਾਵਲ ਉਹਨਾਂ ਦੀ ਇੱਕ ਬਣਾਈ ਦੀਗ ਜਦ ਉਹ ਜਿਹੜੀ ਸੀ ਹਨਾ ਚਾਵਲ ਬਣਾਏ ਗਏ ਹੈ ਉਸ ਤੋਂ ਬਾਅਦ ਉਹਨੇ ਕੀ ਕੀਤਾ ਹੈਗਾ ਕਿ ਇੱਕ ਜੋ ਪੁਜਾਰੀ ਹੁੰਦੀ ਜਿਹੜੀ ਬੋਲਦਾਂ ਦੇ ਉੱਤੇ ਆਪਾਂ ਰੱਖ ਕੇ ਤਾਂ ਹਾਲ ਬੌਂਦੇ ਆ ਉਸ ਪੁਜਾਰੀ ਦੇ ਕੋਲ ਜਾ ਕੇ ਤੰਤਰਕ ਵਿੱਦਿਆ ਜਿਹੜੀ ਉਹਨੇ ਆਪਣੇ ਪੜ੍ਹੀ ਆ ਵਾੜਕੇ ਦਾ ਫੇਰ ਉਹਨੇ ਇਹ ਜਿਹੜੀ ਦੇਖ ਸੀ ਰੱਖੀ ਆ ਉਹਦੇ ਵਿੱਚੋਂ ਉਹਨ ਇੱਕ ਹੈਂਟਰ ਕੱਢਿਆ ਹੈਗਾ ਜਾਂ ਤੇ ਉਹਨੇ ਹੈਂਟਰ ਕੱਢਿਆ ਤੇ ਉਹ ਜਿਹੜਾ ਹੈਂਟਰ ਸੀਗਾ ਰੱਸਾ ਸੀਗਾ ਜ਼ੋਰ-ਜ਼ੋਰ ਨਾਲ ਜਿਹੜਾ ਸੀਗਾ ਉਹਨੇ ਆ ਦੋਕਰ ਨੂੰ ਦੱਸਿਆ ਕਿ ਮੈਂ ਇਸ ਪਜਾਲੀ ਦੇ ਉੱਪਰ ਮਾਰੂੰਗਾ ਤੇ ਜਿਸ ਤੰਤਰਿਕ ਦੇ ਕਾਰਾ ਕੀਤਾ ਹੈਗਾ ਇਹ ਜਿਹੜਾ ਹਨਾ ਰੱਸੇ ਦੀ ਛੱਟ ਹੈਗੀ ਆ ਉਹਦੇ ਤੇ ਵੱਜੂਗੀ ਤੇ ਉਹ ਇੱਥੇ ਭੱਜ ਆਵੇਗਾ ਭਜਾਦ ਉਸਨੇ ਉਸ ਪਜਾਲੀ ਦੇ ਉੱਤੇ ਜ਼ੋਰ-ਜ਼ੋਰ ਨਾਲ ਦੱਸੇ ਮਾਰਨੇ ਸ਼ੁਰੂ ਕੀਤੇ ਜਿਹੜਾ ਇਹ ਤੰਤਰਿਕ ਕਾਲੀ ਵਿੱਦਿਆ ਦਾ ਦੁਰਉਪਯੋਗ ਕਰਦਾ ਸੀਗਾ ਜਦੋਂ ਇਹ ਸੱਟ ਉਹਦੇ ਉੱਤੇ ਜਿਹੜੀ ਸੀ ਉਹ ਲੱਗਣੀ ਸ਼ੁਰੂ ਹੋਈ ਆ ਉਹ ਫਿਰ ਚੀਕਾ ਮਾਰਦਾ ਆਪਣੀ ਜਗ੍ਹਾ ਤੋਂ ਨੱਠਾ ਆਇਆ ਜਦ ਨੱਠਾ ਆਇਆ ਤਾਂ ਫਿਰ ਆੜਵੜੇ ਲੋਕ ਜਿਹੜੇ ਸੀਗੇ ਖੜੇ ਹੋ ਕੇ ਇਸ ਚੀਜ਼ ਨੂੰ ਦੇਖ ਰਹੇ ਸਕੇ ਤਾਂ ਉਹ ਸਨ ਹੀ ਫਿਰ ਕਹਿੰਦਾ ਕਿ ਆਹੋ ਯਾਦਮੀ ਆ ਬਸ ਫਿਰ ਕੀ ਸੀ ਕਿਉਂਕਿ ਆੜਵੜੇ ਜਿਹੜੇ ਲੋਕੀ ਸੀਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਕੇਸ ਹੋ ਗਿਆ ਸੀ ਉਹ ਪਹਿਲਾਂ ਹੀ ਜਿਹੜੇ ਸੀਗੇ ਕ੍ਰੋਧ ਦੇ ਵਿੱਚ ਭਰੇ ਹੋਏ ਸੀ ਫਿਰ ਉਹਨਾਂ ਨੇ ਉਹ ਜਿਹੜਾ ਕਾਲੇ ਲੰਬਾ ਵਾਲਾ ਜਿਹੜਾ ਆਦਮੀ ਸੀਗਾ ਉਸ ਫਿਰ ਉਸ ਨੂੰ ਕੁੱਟ-ਕੁੱਟ ਕੇ ਫਿਰ ਜਿਹੜਾ ਨਾ ਬੋਹੋਸ਼ ਕਰਕੇ ਉੱਥੇ ਖਤਮ ਕਰ ਦਿੱਤਾ ਸੀ ਇਹ ਇੱਕ ਹਨ ਦੱਖਣ ਭਾਰਤ ਦੀ ਜਿਹੜੀ ਘਟਨਾ ਹੈਗੀ ਇਹ ਆਮ ਆਪਾਂ ਖਾਸ ਕਰਕੇ ਸੁਣਦੇ ਆ ਇਹਨਾਂ ਤਾਤ੍ਰਿਕ ਜੋ ਵਿੱਦਿਆ ਦੇ ਜਿਹੜੇ ਹਨ ਇਸ ਦੇ ਗਿਆਤਾ ਹੁੰਦੇ ਆ ਸੋ ਕਹਿਣ ਤੋਂ ਭਾਵੇਂ ਇਹ ਹੈਗਾ ਕਿ ਇਸ ਤਾਤ੍ਰਿਕ ਵਿੱਦਿਆ ਦਾ ਦੁਰਪਯੋਗ ਜਿਹੜਾ ਹਨ ਇਹਦਾ ਫਿਰ ਰਿਜ਼ਲਟ ਜਿਹੜਾ ਹਨ ਅਖੀਰ ਬਹੁਤ ਮਾੜਾ ਹੁੰਦਾ ਹੈ ਸੋ ਕਹਿਣ ਤੋਂ ਪਾਵੇ ਐ ਕਿ ਜਿਹੜੇ ਤੰਤਰਿਕ ਵਿਦਿਆ ਦਾ ਦੁਰਉਪਯੋਗ ਕਰਦੇ ਆ ਫਿਰ ਇਹ ਤੰਤਰਿਕ ਵਿਦਿਆ ਦੇ ਵਿੱਚ ਜਿਹੜੇ ਉਹਨੇ ਪ੍ਰੇਤ ਵਸ ਕੀਤੇ ਹੁੰਦੇ ਆ ਉਹ ਫਿਰ ਪ੍ਰੇਤ ਉਸ ਤੰਤਰਿਕ ਵਿਦਿਆ ਦੇ ਘਰ ਦਾ ਜਿਹੜਾ ਹੈ ਨਾ ਜਿਆਦਾ ਨੁਕਸਾਨ ਕਰਦੇ ਆ ਫਿਰ ਉਹਦੇ ਜੀਵਾਂ ਨੂੰ ਤੰਗ ਕਰਦੇ ਆ ਉਹਦੇ ਘਰ ਦੇ ਜੀ ਵੀ ਫਿਰ ਮਰਨੇ ਸ਼ੁਰੂ ਹੋ ਜਾਂਦੇ ਆ ਜਦ ਜੀਵ ਵੀ ਜਿਹੜੇ ਹਨ ਮਰ ਕੇ ਫਿਰ ਪ੍ਰੇਤ ਜੁਨੀਆਂ ਚ ਪੈਂਦੇ ਹੈਗੇ ਆ ਤਾਂ ਫਿਰ ਉਹ ਤੰਤਰਗੁਰੂ ਪਤਾ ਲੱਗਦਾ ਹੈ ਕਿ ਜਿੱਥੇ ਮੈਂ ਪਹਿਲਾਂ ਜਿਹੜੇ ਬਾਹਰ ਦੇ ਪ੍ਰੇਤ ਆਤਮਾ ਸੀ ਜਿਨ੍ਹਾਂ ਤੋਂ ਕੰਮ ਲੈਂਦਾ ਹੁੰਦਾ ਸੀਗਾ ਹੁਣ ਕਰਦੇ ਜੀਬ ਮੇਰੇ ਮਰ ਕੇ ਜਦ ਪ੍ਰੇਤ ਜੁਨੀ ਦੇ ਵਿੱਚ ਪਏ ਆ ਤੇ ਉਹਦੇ ਵਾਸਤੇ ਫਿਰ ਬੜੀ ਮੁਸ਼ਕਲ ਹੋ ਜਾਂਦੀ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਹੈ ਨਾ ਇਹ ਨਹੀਂ ਚਾਹੁੰਦਾ ਕਿ ਉਹਦੀ ਜਿਹੜੇ ਹੈ ਨਾ ਕੁੱਲ ਹੈਗੀ ਆ ਇਸ ਧਰਤੀ ਤੋਂ ਖਤਮ ਹੋ ਜਾਵੇ ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜੀ ਤਾੰਤ੍ਰਿਕ ਵਿਦਿਆ ਹੁੰਦੀ ਹੈਗੀ ਇਹਦੇ ਦੋ ਜਿਹੜੇ ਹੈ ਨਾ ਹਿੱਸੇ ਜਿਹੜੇ ਹੈ ਕੀਤੇ ਜਾਂਦੇ ਆ ਇੱਕ ਚਿੱਟੀ ਸਫੇਦ ਭਾਵ ਕੀ ਇੱਕ ਉਹ ਕੰਮ ਜਿਹੜਾ ਕਿਸੇ ਭਰਾਈ ਵਾਸਤੇ ਜਿਹੜਾ ਕੀਤਾ ਜਾਂਦਾ ਹੈ ਤੇ ਦੂਸਰਾ ਉਹ ਕੰਮ ਹੈਗਾ ਜਿਹੜਾ ਕਿਸੇ ਆਪਣੀ ਸਵਾਰਥ ਵਾਸਤੇ ਕੀਤਾ ਜਾਂਦਾ ਜਿਹਨੂੰ ਅਸੀਂ ਹਨ ਕਾਲਾ ਜਾਦੂ ਜਾਂ ਕਾਲਾ ਇਲਮ ਆਖ ਦਿੰਦੇ ਹਾਂ ਸੋ ਕਹਿਣ ਤੋਂ ਭਾਵੇਂ ਇਹ ਹੈਗਾ ਕਿ ਗੁਰਸਿੱਖ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਹਨ ਉਹ ਜਾਣੂ ਹੋਣਾ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਹੈ ਕਿ ਉਹਦੇ ਆਲੇ ਦੁਆਲੇ ਜਿਹੜਾ ਹਨ ਉਹ ਕੀ ਹੋ ਰਿਹਾ ਹੈਗਾ ਪਰ ਕਿਉਂਕਿ ਗੁਰਸਿੱਖ ਸਰਬੱਗ ਹੁੰਦੇ ਆ ਉਹਨਾਂ ਦੇ ਅੰਦਰ ਹਨ ਨਾਮ ਦੀ ਕਲਾ ਵਰਤਦੀ ਆ ਸੋ ਜਿਹੜੀ ਨਾਮ ਦੀ ਕਲਾ ਹੈਗੀ ਇਹ ਸਭ ਤੋਂ ਉੱਤਮ ਤੇ ਸ਼ਰੋਮਣੀ ਹੈ ਕਰਜੇ ਤੇ ਨਾਮ ਦਾ ਪ੍ਰਤਾਪ ਹੈ ਗੁਰਬਾਣੀ ਨੇ ਇਥੋਂ ਦਾ ਕਾਖਿਆ ਕਿ ਪ੍ਰਤਾਪ تمہارا ਦੇਖ ਕੇ ਜਮਦੂਤ ਛੱਡ ਜਾਂਹੀਂ ਤੇ ਜੇ ਸਿੱਖ ਦੇ ਗੁਰਬਾਣੀ ਦਾ ਤਾਪ ਜਿਹੜਾ ਪ੍ਰਤਾਪ ਵੱਧ ਜਾਂਦਾ ਹੈ ਉਹਨੂੰ ਤਾਂ ਜਮਦੂਤ ਵੀ ਦੇਖ ਕੇ ਭੱਜ ਜਾਂਦੇ ਆ ਤੋ ਸੋ ਫਿਰ ਇਹ ਜਿਹੜੇ ਤੰਤਰਿਕ ਹੁੰਦੇ ਆ ਜਿਨ੍ਹਾਂ ਨੇ ਇਹ ਪ੍ਰੇਤਾਂਾਂ ਬਸ ਕੀਤੀਆਂ ਹੁੰਦੀਆਂ ਇਹਨਾਂ ਦੀ ਤੇ ਫਿਰ ਕੋਈ ਹੈਸੀਅਤ ਜਿਹੜੀ ਹੈ ਨਾ ਉਹਦੇ ਸਾਹਮਣੇ ਜਿਹੜੀ ਹੈਗੀ ਆ ਉਹ ਸਿਫਰ ਹੋ ਜਾਂਦੀ ਆ ਭਾਵੇਂ ਕਿ ਕਿਸੇ ਵੀ ਤੰਤਰਿਕ ਵਿਦਿਆ ਦਾ ਉਸ ਇਨਸਾਨ ਦੇ ਅੱਗੇ ਕੋਈ ਵੀ ਜ਼ੋਰ ਨਹੀਂ ਚੱਲਦਾ ਹੈਗਾ ਕਿਉਂਕਿ ਉਹ ਸ ਗੁਰਸਿੱਖ ਪ੍ਰੇਮੀ ਜਿਹੜੇ ਰੱਬ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਹਨ ਉਹਨਾਂ ਦਾ ਹੀ ਜਿਹੜੀ ਰੱਖਿਆ ਹੈਗੀ ਉਹ ਵਾਹਿਗੁਰੂ ਸਹਿਜ ਸੁਭਾ ਕਰਦਾ ਹੈਗਾ ਤੇ ਇਹ ਬਾਕੀ ਵੀ ਜਿੰਨੇ ਜਿੰਨ ਭੂਤ ਪ੍ਰੇਤ ਜਾਂ ਇਸ ਕਿਸਮ ਦੀਆਂ ਜਿਹੜੀਆਂ ਜੋਨੀਆਂ ਹੁੰਦੀਆਂ ਹੈਗੀਆਂ ਉਹ ਪਹਿਲਾਂ ਤਾੰਤ੍ਰਿਕ ਵਿੱਦਿਆ ਦੇ ਅੱਖੇ ਲੱਗ ਕੇ ਇਹ ਕੰਮ ਤਾਂ ਪਹਿਲਾਂ ਕਰਦੀਆਂ ਹੈ ਪਰ ਅਖੀਰ 'ਚ ਜਦੋਂ ਉਹ ਆਪਣੀ ਬੇਬਸੀ ਜਿਹੜੀ ਹੈ ਮਹਿਸੂਸ ਕਰਦੀਆਂ ਫਿਰ ਉਹ ਬੇਬਸੀ ਮਹਿਸੂਸ ਜਦ ਉਹਨਾਂ ਦੇ ਉੱਤੇ ਹੁੰਦੀ ਆ ਤਾਂ ਫਿਰ ਉਹ ਤੰਤਰਿਕ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀਆਂ ਹੈ ਕਿ ਇਹ ਜਿਹੜਾ ਬੰਦਾ ਹੈਗਾ ਇਹ ਸਾਡੇ ਤੋਂ ਦੇਖੋ ਇਸ ਗੋਰ ਸਿਕ ਦੇ ਉੱਪਰ ਬਾਹਰ ਕਰਾ ਕੇ ਸਾਡੇ ਤੋਂ ਕਿੱਡਾ ਪਾੜੀ ਕੋ ਕਰਮ ਕਰਾ ਰਿਹਾ ਹੈਗਾ ਕਿਉਂਕਿ ਇਹ ਰੂਹਾਂ ਤਾਂ ਪਹਿਲਾਂ ਹੀ ਫਸੀਆਂ ਹੁੰਦੀਆਂ ਹੈ ਸੋ ਇਹ ਜਦ ਫਸੀਆਂ ਹੁੰਦੀਆਂ ਹੈ ਤੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਕਿ ਉਹ ਤੰਤਰਿਕ ਸਾਧਨਾ ਦੀ ਜਿਹੜੀ ਹੈ ਨਾ ਉਹਦੀ ਸਹਾਇਤਾ ਕਰਨੀ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਜਿੱਥੇ ਜਿਹੜੇ ਤਾੰਤ੍ਰਿਕ ਆ ਸਧਾਰਨ ਲੋਕਾਂ ਨੂੰ ਤੰਗ ਕਰਦੇ ਆ ਤੇ ਅਸੀਂ ਗੁਲਾਮ ਹੋ ਕੇ ਇਹਨਾਂ ਦੇ ਕੰਮ ਕਰਦੇ ਆ ਪਰ ਜਦੋਂ ਕਿਸੇ ਗੁਰਸਿੱਖ ਤੇ ਕਰਦੇ ਹਨਾ ਫਿਰ ਜਦੋਂ ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਇਹ ਤਾਂ ਇਨਸਾਨ ਗੁਰਸਿੱਖ ਹੈਗਾ ਨਾਮ ਦੇ ਰੰਗ ਵਿਚ ਰੰਗੀ ਰੂਹ ਹੈਗੀ ਆ ਫੇ ਇਹ ਜਨਪੂਤ ਪ੍ਰੇਤ ਜਿਹੜੇ ਹੁੰਦੇ ਇਹ ਤੰਤਰਿਕ ਦੇ ਉੱਤੇ ਕਰੋਧ ਹੋ ਕੇ ਫੇ ਉਸ ਦਾ ਹੀ ਜਿਹੜਾ ਹੈ ਨਾ ਸੰਗਾਰਬਤ ਕਰ ਦਿੰਦੇ ਆ ਤੇ ਆਪ ਇਹ ਜਿਹੜੇ ਹੈ ਨਾ ਇਹ ਆਜ਼ਾਦ ਹੋ ਜਾਂਦੇ ਆ ਸੋ ਖੈਰ ਇਹਨੇ ਬਚਨ ਕਰਦਾ ਹੋਇਆ 10 ਖਿਮਾ ਦਾ ਜਾਚਕ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ